अज किसान मजदूर संघर्ष कमेटी पंजाब की अगवाई में जिला अमृतसर के जोन मजीठा जोन कथू नंगल बाबा बुढ़ा साहब जी दियां विशाल मीटिंगां करके दिल्ली मोर्चे लिए लामबंद किया गया। इस तों बाद मोदी सरकार दियां अर्थियां फूक के भारी नारेबाजी करदियां देश दियां हाकम सरकारां नूं कोसिया गया। किसान मजदूर जथेबंदी दे सूबा जनरल सकत्तर सरवण सिंह पंधीर जिला प्रधान लखविंदर सिंह वरियाम ने संबोधन करदिआं कहा कि देश की हाकम सरकार लगातार कारपोरेट का हथ टोका बन के बढ़ रही मंगियाई नूं ठल पाउण विच नाकाम रही है। सरकार पूंजीपति घराणियां दे दबा हेठ तिन्ने काले कानून रद्द करन तों भज रही है। अज तुसीं वेखदे हो मजीठा जोन दी मीटिंग पिंड हमजा हमजा चौंक दे विच अमृतसर फतेहगढ़ चूड़ियां दी रोड जाम करके मोदी सरकार दी अर्थी साड़ रहे हां ते नाल दी नाल इह मंग कर रहे भी जिहड़े तिन खेती दे कानून आ उह रद्द कीते जाण, MSP दी गरंटी दा कानून लिआंदा जाए, इहदे नाल पोल्यूशन वाला एक्ट ते बिजली सोध बिल 200 बिल रद्द कीता जाए, जिहड़े नजायज़ केस पाए आ वापस ले जाण, इहदे नाल पेट्रोल ते डीजल दीआं जिहड़ीआं वधीआं होईआं कीमतां वा ਉਹਨੂੰ ਵਾਪਸ ਕੀਤਾ ਜਾਵੇ। ਨਿੱਜੀਕਰਨ ਦਾ ਕੁਹਾੜਾ ਇੱਡੀ ਤੇਜ਼ੀ ਨਾਲ ਚੱਲ ਰਿਹਾ ਉਹ ਵਾਪਸ ਲਿਆ ਜਾਣਾ ਚਾਹੀਦਾ। ਇਹਦੇ ਨਾਲ ਦੀ ਨਾਲ ਜਿਹੜੇ ਪੰਜਾਬ ਸਰਕਾਰ ਆ ਜਿਵੇਂ ਨਸ਼ਿਆਂ ਦਾ ਦੌਰ ਚੱਲ ਰਿਹਾ ਪੰਜਾਬ ਦੇ ਵਿੱਚ, ਲਾਅ ਐਂਡ ਆਰਡਰ ਦੀ ਕੋਈ ਪੋਜੀਸ਼ਨ ਨਹੀਂ ਹੈਗੀ। ਅਸੀਂ DGP ਪੰਜਾਬ ਤੇ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਚਾਹੁੰਦੇ ਹਾਂ ਪੰਜਾਬ ਨੂੰ ਕੰਟਰੋਲ ਕਰਨ। ਕਰਜ਼ਾ ਮਾਫ਼ੀ ਦਾ ਵਾਅਦਾ ਕੀਤਾ ਸੀ, ਅਜੇ ਤੱਕ ਕਰਜ਼ਾ ਮਾਫ਼ੀ ਹੋਈ ਨਹੀਂ ਹੈਗੀ। ਤਾਂ ਇਹਦੇ ਨਾਲ ਨਾਲ ਜਿਹੜਾ ਰੁਜ਼ਗਾਰ ਦੇਣ ਦਾ ਸਵਾਲ ਸੀਗਾ, ਜਿਹੜੇ ਮੁਲਾਜ਼ਮ ਆ ਕੱਚੇ ਉਹਨਾਂ ਨੂੰ ਲਗਾਤਾਰ ਕੁੱਟਿਆ ਜਾ ਰਿਹਾ, ਤਸ਼ੱਦਦ ਕੀਤਾ ਜਾ ਰਿਹਾ, ਤਾਂ ਨੌਕਰੀਆਂ ਦੇਣੀਆਂ ਚਾਹੀਦੀਆਂ ਵਾ। ਇਹ ਮੰਗਾਂ ਜਿਹੜੀਆਂ ਅੱਜ ਦਾ ਰੋਸ ਮੁਜ਼ਾਹਰਾ, ਇਹਦੇ ਨਾਲ ਨਾਲ 26 ਜੂਨ ਨੂੰ ਜਿਹੜਾ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਰੋਸ ਮੁਜ਼ਾਹਰੇ ਕਰਨੇ ਆ ਉਹਦੀ ਤਿਆਰੀ ਕੀਤੀ ਆ, ਅਤੇ 5 ਜੁਲਾਈ ਨੂੰ ਜਿਹੜਾ ਆਪਾਂ ਦਿੱਲੀ ਮੋਰਚੇ ਨੂੰ ਕੂਚ ਕਰਨਾ ਵਾ ਹਜ਼ਾਰਾਂ ਟਰੈਕਟਰ ਟਾਲੀਆਂ ਲੈ ਕੇ, ਉਹਦੀ ਵੀ ਅੱਜ ਤਿਆਰੀ ਕੀਤੀ ਗਈ ਆ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।